ਬੈਕ ਟੂ ਜੀਜੀ ਐਜੂਕੇਸ਼ਨਲ ਵਾਉਚਰ ਤੁਹਾਡਾ ਸਵਾਗਤ ਹੈ ਜੀਜੀ ਐਜੂਕੇਸ਼ਨਲ ਵਾਉਚਰ ਦੇ ਚੈਨਲ 'ਤੇ ਅੱਜ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਲਾਸ 8 ਦਾ ਫਿਜ਼ੀਕਲ ਐਜੂਕੇਸ਼ਨ ਦਾ ਪੇਪਰ ਜੋ ਕਿ ਹੋਣ ਵਾਲਾ ਹੈ 25 ਮਾਰਕਸ ਦਾ ਤੇ ਟਾਈਮ ਹੋਏਗਾ ਤੁਹਾਨੂੰ ਲੋਕ ਕੀਤਾ ਜਾਏਗਾ 1 1/2 ਆਵਰ ਠੀਕ ਹੈ ਸਾਰੇ ਪ੍ਰਸ਼ਨ ਜ਼ਰੂਰੀ ਹਨ ਪ੍ਰੋਟੀਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਪਹਿਲਾ ਪ੍ਰਸ਼ਨ ਵਿਟਾਮਿਨ A ਦੀ ਕਾਰਨਲ ਕਿਹੜਾ ਰੋਗ ਲੱਗਦਾ ਹੈ ਤੀਜਾ ਪ੍ਰਸ਼ਨ ਮੁੱਢਲੀ ਸਹਾਇਤਾ ਦਾ ਮੁੱਖ ਉਦੇਸ਼ ਕੀ ਹੈ ਜਥਾਵ੍ਰਸ਼ਨ ਕਿਸ ਨੰਬਰ ਤੇ ਫੋਨ ਕਰਕੇ ਐਂਬੂਲੈਂਸ ਬੁਲਾਈ ਜਾ ਸਕਦੀ ਹੈ ਠੀਕ ਹੈ ਪੰਜਵਾਂ ਪ੍ਰਸ਼ਨ ਹੈ ਵਿਟਾਮਿਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਏ ਬੀ ਸੀ ਡੀ ਈ ਕੇ 6 ਪ੍ਰਕਾਰ ਦੇ ਠੀਕ ਹੈ ਇਹ ਹੋ ਗਏ ਤੁਹਾਡੇ 1 ਇੱਕ ਨੰਬਰ ਵਾਲੇ ਪੰਜ ਪ੍ਰਸ਼ਨ ਠੀਕ ਹੈ ਅੱਗੇ ਹਮ ਫਰਸਟ ایڈ ਬਾਕਸ ਵਿੱਚ ਕੀ ਕੀ ਸਮਾਨ ਹੁੰਦਾ ਹੈ ਨਾਮ ਦੱਸ ਸਕਦੇ ਹੋ ਤੁਸੀਂ ਭੋਜਨ ਪਕਾਉਣਾ ਕਿਉਂ ਜ਼ਰੂਰੀ ਹੈ ਮੁੱਢਲੇ ਸਹਾਇਕ ਦੇ ਕੋਈ ਤਿੰਨ ਗੁਣ ਦੱਸੋ ਲਿਖੋ ਪ੍ਰੋਟੀਨ ਦੀ ਪ੍ਰਾਪਤੀ ਦੇ ਸੌਮੇ ਕਿਹੜੇ ਕਿਹੜੇ ਹਨ ਅੱਗੇ ਹੈ ਭੋਜਨ ਖਾਣ ਦੇ ਕੋਈ ਤਿੰਨ ਜ਼ਰੂਰੀ ਨਿਯਮ ਲਿਖੋ ਇਹ ਪੰਜ ਪ੍ਰਸ਼ਨ ਦੋ-ਦੋ ਅੰਕਾਂ ਦੇ ਸੀਗੇ ਅੱਗੇ ਹੈ ਲੌਂਗੋਸ਼ ਕੋਈ ਦੋ ਪ੍ਰਸ਼ਨ ਦੇ ਉੱਤਰ ਦੇਣੇ ਨੇ ਠੀਕ ਹੈ ਪਹਿਲਾ ਹੈ ਪ੍ਰੋਟੀਨ ਦੀਆਂ ਕਿਸਮਾਂ ਨੂੰ ਵਿਸਤਾਰ ਵਿੱਚ ਲਿਖੋ 12ਵਾਂ ਵਿਟਾਮਿਨ ਦੀਆਂ ਕਿਸਮਾਂ ਦੇ ਨਾਮ ਲਿਖੋ ਅਤੇ ਇਹਨਾਂ ਦੀ ਪ੍ਰਾਪਤੀ ਦੇ ਸਰੋਤ ਸੋਮਿਆਂ ਮਤਲਬ ਸਰੋਤ ਕਿੰਨਾਂ ਤੋਂ ਪ੍ਰਾਪਤੀ ਹੁੰਦੀ ਹੈ ਇੰਗਰੀਡੀਅੰਟਸ ਦੇ ਨਾਮ ਲਿਖੋ ਅੱਗੇ 13ਵਾਂ ਭੋਜਨ ਪਕਾਉਣ ਦੇ ਅਹਿਮ ਸਿਧਾਂਤ ਲਿਖੋ ਇਹ ਪੰਜ ਪ੍ਰਸ਼ਨ 2-2 ਅੰਕਾਂ ਦੇ ਹੋਏ ਸਿਗੇ ਜੇ ਤੁਸੀਂ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਫਿਰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਫਰੈਂਡਸ ਨੂੰ ਵੀ ਦੱਸੋ ਕਿ ਇਹ ਵੀਡੀਓ ਆ ਚੁੱਕੀ ਹੈ ਤੁਸੀਂ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਵੀਡੀਓਜ਼ ਦੇ ਸਕਦੇ ਹੋ ਥੈਂਕਸ ਫॉर ਵਾਚਿੰਗ